Are you guys hiring or not? Yes or no, the answer milega aaj. Kaiyan de taan dilan vich rehna aa, kaiyan de taan samjhon vi bahar ni. Oh yanga vich e de aundi mithiye, te lai jada tu aunda tera yaar ni. Yanga vich e de aundi mithiye, te lai jada tu aunda tera yaar ni. ਹਾਂਜੀ ਗਾਇਸ, ਕੀ ਹਾਲ ਚਾਲ ਆ ਜੀ? ਵੈਲਕਮ ਬੈਕ ਟੂ ਜੱਟ ਲਾਈਫ ਟੀਵੀ। ਮੈਂ ਤੁਹਾਡਾ ਭਰਾ ਜਸਪ੍ਰੀਤ ਲੈ ਕੇ ਆਇਆ ਜੀ ਇੱਕ ਹੋਰ ਯੂਟਿਊਬ ਵੀਡੀਓ ਤੁਹਾਡੇ ਸਾਰਿਆਂ ਦੇ ਲਈ। ਉਮੀਦ ਕਰਦਾ ਬਾਈ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਜਿੱਥੇ ਵੀ ਹੋਵੋਗੇ ਹੈ ਨਾ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੋਬ ਬਾਰੇ। ਜਦੋਂ ਤੁਸੀਂ ਕੈਨੇਡਾ 'ਚ ਆਉਂਦੇ ਹੈ ਨਾ, ਸਪੈਸ਼ਲੀ ਜਿਹੜੇ ਮੇਰੇ ਭਰਾ ਇੰਡੀਆ ਤੋਂ ਵੇਖ ਰਹੇ ਆ, ਜਾਂ ਈਵਨ ਜਿਹੜੇ ਇੱਧਰ ਵੀ ਆ ਸਟੂਡੈਂਟ ਵੀਜ਼ੇ 'ਤੇ ਆਏ ਆ, ਉਹਨਾਂ ਲਈ ਵੀ ਮੈਨੂੰ ਪਤਾ ਹੈ ਆਪਣਾ ਜਿਹੜਾ ਚੈਨਲ ਆ ਜ਼ਿਆਦਾ ਟਰੈਕਿੰਗ ਵੱਲ ਨੂੰ ਆ, ਬਟ ਆਉਂਦੇ ਹੀ ਹੈ ਨਾ ਕਿ ਇਹਨਾਂ ਤੁਹਾਨੂੰ ਟਰੱਕ ਦੇ ਨਹੀਂ ਚੜਾ ਦੇਣਾ, ਤੁਹਾਨੂੰ ਵੀ ਪਤਾ ਆ, ਮੈਨੂੰ ਵੀ ਪਤਾ ਆ। ਅਤੇ ਆਪਾਂ ਨੂੰ ਇਨੀਸ਼ੀਅਲੀ ਐਟਲੀਸਟ ਪਹਿਲੇ 3 to 6 months ਕਿਤੇ ਨਾ ਕਿਤੇ ਤਾਂ ਜੋਬ ਕਰਨੀ ਪੈਣੀ ਹੈ, ਸਰਵਾਈਵ ਕਰਨਾ ਪੈਣਾ ਕੈਨੇਡਾ 'ਚ ਨਾ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿੱਦਾਂ ਤੁਸੀਂ ਈਜ਼ਲੀ ਪਾਰਟ ਟਾਈਮ ਜੋਬ ਅਪਲਾਈ ਕਰ ਸਕਦੇ ਹਾਂ ਕੈਨੇਡਾ ਦੇ ਵਿੱਚ, ਨਾਲ ਨਾਲ ਆਪਣੇ ਟਰੱਕ ਦੀ ਤਿਆਰੀ ਕਰ ਸਕਦੇ ਹਾਂ, ਜਾਂ ਆਪਣਾ ਤੁਸੀਂ ਸਟੂਡੈਂਟ ਆ ਤੁਸੀਂ ਪੜ੍ਹਾਈ ਕਰ ਸਕਦੇ ਹਾਂ। ਅਤੇ ਬਾਈ, ਜਿਹੜੀ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਟਰ ਕਰਦੀ ਹੈ ਸਭ ਤੋਂ ਜ਼ਿਆਦਾ ਹੈ ਨਾ, ਉਹ ਹੁੰਦਾ ਜੀ ਤੁਹਾਡਾ ਐਟੀਟਿਊਡ, ਤੁਹਾਡਾ ਮਾਇੰਡ ਸੈੱਟ। ਤੁਹਾਨੂੰ ਕਿੰਨੀ ਕੁ ਲੋੜ ਆ ਜੋਬ ਦੀ, ਹੈ ਨਾ, ਕਿੰਨਾ ਕੁ ਜ਼ਿਆਦਾ ਤੁਸੀਂ ਲਾਈਕ ਡੈਸਪਰੇਟ ਹੋ ਜੋਬ ਦੇ ਲਈ, ਉਹ ਚੀਜ਼ ਬਹੁਤ ਵੱਡਾ ਫੈਕਟਰ ਹੁੰਦੀ ਆ ਤੁਹਾਡੀ ਜੋਬ ਸਰਚ ਦੇ ਵਿੱਚ। ਕਿਉਂਕਿ ਉਸੇ ਚੀਜ਼ ਨੇ ਹੈ ਨਾ ਤੁਹਾਡੇ ਦਿਮਾਗ ਨੂੰ ਬਹੁਤ ਵੱਡੇ ਲੈਵਲ 'ਤੇ ਖੋਲ੍ਹ ਦੇਣਾ ਕਿ ਯਾਰ ਉੱਥੇ ਨਹੀਂ ਗੱਲ ਬਣਦੀ ਤਾਂ ਇਹ ਕਰਾਂ, ਇੱਥੇ ਨਹੀਂ ਗੱਲ ਬਣਦੀ ਤਾਂ ਅਗਲਾ ਆਪਸ਼ਨ ਲੱਭਾਂ, ਹੈ ਨਾ। ਤੁਹਾਡਾ ਦਿਮਾਗ ਬਹੁਤ ਵੱਡੇ ਲੈਵਲ 'ਤੇ ਚੱਲਦਾ ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਅਰਜੈਂਸੀ ਹੁੰਦੀ ਹੈ ਜਾਂ ਬਹੁਤ ਜ਼ਿਆਦਾ ਲੋੜ ਹੁੰਦੀ ਆ ਪੈਸਿਆਂ ਦੀ ਟੂ ਸਰਵਾਈਵ ਇਨ ਕੈਨੇਡਾ। ਉਹ ਮਾਇੰਡ ਸੈੱਟ ਨੂੰ ਡੈਵਲਪ ਕਰਨ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਪਿਛੋਕੜ ਮਾੜਾ ਹੋਣਾ ਚਾਹੀਦਾ ਆ, ਹੈ ਨਾ। ਈਵਨ ਕਿ ਤੁਹਾਡਾ ਜੇ ਵਧੀਆ ਬੈਕਗਰਾਊਂਡ ਹੈ ਬੈਕ ਹੋਮ ਇੰਡੀਆ 'ਚ, ਤਾਂ ਵੀ ਜੇ ਤੁਸੀਂ ਉਹ ਮਾਇੰਡ ਸੈੱਟ ਡੈਵਲਪ ਕਰ ਲੈਣਗੇ, ਬਾਈ ਮੈਨੂੰ ਜੋਬ ਲੱਭਣੀ ਆ ਵਿਦਇਨ 10 days ਦੇ ਵਿੱਚ ਜਾਂ ਵਿਦਇਨ 5 days ਦੇ ਵਿੱਚ ਮੈਨੂੰ ਜੋਬ ਚਾਹੀਦੀ ਆ, ਕੋਈ ਵੀ ਜੋਬ ਚੱਲੂਗੀ ਕਿਤੇ ਵੀ ਜੋਬ ਚੱਲੂਗੀ ਮੈਨੂੰ ਜੋਬ ਚਾਹੀਦੀ ਆ, ਇਹ ਚੀਜ਼ ਸਭ ਤੋਂ ਪਹਿਲਾ ਫੈਕਟਰ ਹੈਗਾ ਜੀ ਜੋਬ ਸਰਚ ਦੇ ਵਿੱਚ। ਹੁਣ ਦੂਜੀ ਚੀਜ਼ ਹੈਗੀ ਹੈ ਜੀ, ਇਸ ਕੰਟਰੀ ਦੇ ਵਿੱਚ ਸਪੈਸ਼ਲੀ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਹਾਂ ਨਾ, ਇੱਥੇ ਸਟੋਰਸ, ਗੈਸ ਸਟੇਸ਼ਨਸ, ਕਨਵੀਨੀਅੰਸ ਸਟੋਰ ਹੋ ਗਏ, ਹੈ ਨਾ, ਇੱਦਾਂ ਦੀਆਂ ਜਗ੍ਹਾ 'ਤੇ ਤੁਹਾਨੂੰ ਪਾਰਟ ਟਾਈਮ ਜੋਬ ਮਿਲ ਸਕਦੀ ਹੈ ਈਜ਼ਲੀ। ਅਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਟੈਕਨੋਲੋਜੀ ਦਾ ਟਾਈਮ ਆ, ਹੈ ਨਾ, ਇੰਨਾ ਕੁ ਈਜ਼ੀ ਹੋ ਚੁੱਕਿਆ। ਇਮੈਜਿਨ ਕਰੋ ਜੇ ਆਪਾਂ ਇੱਕ ਗੈਸ ਸਟੇਸ਼ਨ ਦਾ ਐਗਜ਼ਾਮਪਲ ਲੈਂਦੇ ਹਾਂ, ਹੈ ਨਾ, ਕਿਉਂਕਿ ਮੈਂ ਜਿੰਨਾ ਵੀ ਟਾਈਮ ਸਟੂਡੈਂਟ ਸੀਗਾ, ਜਿੰਨਾ ਵੀ ਟਾਈਮ ਮੈਂ ਐਜੂਕੇਸ਼ਨ ਲਈ ਹੈ ਨਾ, 2 years, ਮੈਂ ਇੱਕ ਗੈਸ ਸਟੇਸ਼ਨ ਦੇ ਉੱਤੇ ਹੀ ਜੋਬ ਕੀਤੀ, ਵੱਖੋ ਵੱਖ ਗੈਸ ਸਟੇਸ਼ਨ ਬਦਲੇ, ਪਰ ਜਿਹੜਾ ਮੇਰਾ ਖਿੱਤਾ ਸੀਗਾ ਜਾਂ ਮੇਰਾ ਜਿਹੜਾ ਕੰਮ ਸੀਗਾ ਨਾ, ਮੈਂ ਉਹ ਗੈਸ ਸਟੇਸ਼ਨ 'ਤੇ ਕੀਤਾ। ਗੈਸ ਸਟੇਸ਼ਨ 'ਤੇ ਜੋਬ ਲੱਭਣੀ ਸਭ ਤੋਂ ਈਜ਼ੀ ਆ, ਬਟ ਉਹਦੇ ਲਈ ਕੁਝ ਸਟੈਪਸ ਲੈਣੇ ਪੈਂਦੇ, ਹੈ ਨਾ, ਕਿ ਤੁਸੀਂ ਬਾਈ ਗੱਲ ਕਿਹਦੇ ਨਾਲ ਕਰ ਰਹੇ ਹੋ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਯਾਰ ਕਿ ਉਹ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਆ, ਉਹ ਰਾਈਟ ਪਰਸਨ ਹੈਗਾ ਆ ਜਿਹਨੇ ਤੁਹਾਨੂੰ ਜੋਬ ਦੇਣੀ ਹੈ। ਫੋਰ ਐਗਜ਼ਾਮਪਲ, ਤੁਸੀਂ ਆਪਣਾ ਰਿਜ਼ਿਊਮੇ ਲੈ ਕੇ ਪਰਟੀਕੁਲਰ ਗੈਸ ਸਟੇਸ਼ਨ 'ਤੇ ਚੱਲ ਗਏ, ਉੱਥੇ ਜਾ ਕੇ ਤੁਸੀਂ ਦੇਖਿਆ ਕਿ ਬਾਈ ਇੱਕ ਬੰਦਾ ਖੜਾ ਆ, ਮੈਂ ਕਿਹਾ ਬਾਈ ਜਾ ਕੇ, ਹੈ ਨਾ, ਬਾਈ ਮੈਨੂੰ ਜੋਬ ਚਾਹੀਦੀ ਆ, ਉਹਨੇ ਤੁਹਾਨੂੰ ਕਿਹਾ ਬਾਈ ਠੀਕ ਹੈ ਜੀ ਅਸੀਂ ਤੇਰਾ ਨਾ ਰਿਜ਼ਿਊਮੇ ਦੇ ਜਾ, ਅਸੀਂ ਤੈਨੂੰ ਕਾਲ ਕਰ ਦਾਂਗੇ। ਤੁਹਾਨੂੰ ਨਹੀਂ ਪਤਾ ਉਹ ਕੌਣ ਸੀ, ਉਹ ਇੱਕ ਇੰਪਲੋਈ ਵੀ ਹੋ ਸਕਦਾ। ਅਤੇ 80% ਇੰਪਲੋਈਜ਼ ਜਿਹੜੇ ਬੰਦੇ ਆਲਰੇਡੀ ਉੱਥੇ ਕੰਮ ਕਰ ਰਹੇ ਹੁੰਦੇ, ਪਤਾ ਕੀ ਕਰਦੇ ਆ ਉਹ, ਜਿੱਦਾਂ ਤੁਸੀਂ ਆਪਣਾ ਰਿਜ਼ਿਊਮੇ ਉਹਨਾਂ ਨੂੰ ਦੇ ਕੇ ਆਏ, ਉਹਨਾਂ ਨੇ ਪਾੜਨਾ ਆ, ਡਸਟਬੀਨ 'ਚ ਸੁੱਟ ਦੇਣਾ ਆ। ਜਿਹੜੇ ਬੰਦੇ ਕੈਨੇਡਾ ਤੋਂ ਆ ਇਹ ਵੀਡੀਓ ਦੇਖ ਰਹੇ ਆ, ਬਾਈ ਤੁਹਾਨੂੰ ਪਤਾ ਆ ਕਿ ਮੈਂ ਕੀ ਕਹਿ ਰਿਹਾ ਹਾਂ, ਤੁਹਾਨੂੰ ਪਤਾ ਆ ਸੱਚ ਕੀ ਆ, ਹੈ ਨਾ। 80% ਬੰਦੇ ਉਹਨੂੰ ਗਾਰਬੇਜ ਕਰ ਦਿੰਦੇ ਆ, ਇਟ ਡਜ਼ਨਟ ਮੈਟਰ ਉਹ ਪੰਜਾਬੀ ਆ, ਉਹ ਗੋਰੇ ਆ, ਕੋਈ ਵੀ ਆ, ਹੈ ਨਾ। ਸਿਰਫ 20% ਹੀ ਉਹ ਬੰਦੇ ਹੁੰਦੇ ਆ ਜਿਹੜੇ ਤੁਹਾਡਾ ਰਿਜ਼ਿਊਮੇ ਅੱਗੇ ਮੈਨੇਜਰ ਨੂੰ ਫਾਰਵਰਡ ਕਰਦੇ ਆ। ਅਤੇ ਹੁਣ ਮੇਨ ਬੰਦਾ ਕਿਹੜਾ ਹੋਇਆ, ਮੈਨੇਜਰ, ਜਿਹਨੂੰ ਪਤਾ ਆ ਕਿਹਨੂੰ ਰੱਖਣਾ ਆ ਅਤੇ ਕਿਹਨੂੰ ਕੱਢਣਾ ਆ, ਜਿਹਨੂੰ ਪਤਾ ਕਿ ਹਾਂ ਯਾਰ ਜਸਪ੍ਰੀਤ ਲਾਸਟ 3-4 weeks ਤੋਂ ਨਾ ਕੰਮ ਵਧੀਆ ਨਹੀਂ ਕਰ ਰਿਹਾ, ਅਤੇ ਜੇ ਮੈਂ ਇਹਦੀ ਜਗ੍ਹਾ 'ਤੇ ਮੈਨੂੰ ਕੋਈ ਵਧੀਆ ਬੰਦਾ ਮਿਲਦਾ ਆ ਨਾ, ਅਤੇ ਮੈਂ ਜਸਪ੍ਰੀਤ ਨੂੰ ਕੱਢ ਕੇ ਉਹ ਬੰਦੇ ਨੂੰ ਹਾਇਰ ਕਰ ਲਵਾਂ, ਉਹ ਗੱਲ ਦਾ ਪਤਾ ਆ ਮੈਨੇਜਰ ਨੂੰ, ਮੈਨੂੰ ਨਹੀਂ ਪਤਾ ਜਾਂ ਕਿਸੇ ਹੋਰ ਨੂੰ ਨਹੀਂ ਪਤਾ। ਹੁਣ ਮੈਨੇਜਰ ਨੂੰ ਮਿਲਣ ਦਾ ਚਾਂਸ ਕਿੱਦਾਂ ਵਧਾਉਣਾ ਆ ਆਪਾਂ? ਸਭ ਤੋਂ ਪਹਿਲਾਂ ਮੈਂ ਤਾਂ ਇਹੀ ਤੁਹਾਨੂੰ ਆਈਡੀਆ ਦਊਂਗਾ, ਤੁਸੀਂ ਘਰ ਬੈਠੇ ਵੀ ਜੋਬ ਲੱਭ ਸਕਦੇ ਹਾਂ। ਕਿੱਦਾਂ? ਸਪੈਸ਼ਲੀ ਗੈਸ ਸਟੇਸ਼ਨ 'ਤੇ ਜਾਂ ਮੈਂ ਐਗਜ਼ਾਮਪਲ ਲਵਾਂ, ਹੈ ਨਾ, ਤੁਸੀਂ ਕੁਛ ਨਹੀਂ ਕਰਨਾ, ਕਰੋ ਗੂਗਲ ਮੈਪ ਖੋਲ੍ਹੋ, ਤੁਹਾਡੇ ਏਰੀਏ ਜਿੰਨੇ ਵੀ ਗੈਸ ਸਟੇਸ਼ਨ ਆ, ਵਾਰੀ ਵਾਰੀ ਹਰ ਗੈਸ ਸਟੇਸ਼ਨ 'ਤੇ ਕਾਲ ਕਰੋ, ਅਤੇ ਕਾਲ ਕਰੋ ਸਵੇਰੇ 9 ਤੋਂ ਲੈ ਕੇ ਦੁਪਹਿਰ ਦੇ 3 ਤੱਕ। ਇਹੀ ਟਾਈਮ ਹੁੰਦਾ ਆ ਜਦੋਂ ਮੈਨੇਜਰ ਉਹ ਸ਼ਿਫਟ ਦੇ ਵਿੱਚ ਅਵੇਲੇਬਲ ਹੁੰਦਾ ਆ। ਤੁਸੀਂ ਕਾਲ ਕਰਦੇ ਹੀ ਇੱਕੋ ਗੱਲ ਕਹਿਣੀ ਆ, ਕਹਿੰਦੇ ਟਾਕ ਟੂ ਯਰ ਮੈਨੇਜਰ, ਉਹਨਾਂ ਨੇ ਪੁੱਛਣਾ ਕੀ ਕੰਸਰਨ ਆ, ਉਹਨਾਂ ਨੇ ਜੇ ਕੋਈ ਅਟੈਂਡੈਂਟ ਹੋਊਗਾ ਉੱਥੇ, ਹੈ ਨਾ, ਉਹਨੇ ਤੁਹਾਨੂੰ ਪੁੱਛਣਾ ਕਿ ਬਾਈ ਕੀ ਗੱਲ ਹੋ ਗਈ, ਕੀ, ਹੈ ਨਾ, ਕੀ ਦਿੱਕਤ ਹੋ ਗਈ ਜਾਂ ਪਰੇਸ਼ਾਨੀ ਹੋ ਗਈ। ਕਹਿੰਦਾ ਬਸ ਮੈਂ ਉਹਦੇ ਨਾਲ ਗੱਲ ਕਰਨੀ, ਕੈਨ ਆਈ ਟਾਕ ਟੂ ਹਿਮ, ਇਜ਼ ਹੀ ਐਟ ਦ ਸਟੋਰ, ਉਹ ਸਟੋਰ ਦੇ ਵਿੱਚ ਹੈਗਾ ਕਿ ਨਹੀਂ ਹੈਗਾ। ਜੇ ਮੈਨੇਜਰ ਉਹ ਸਟੋਰ ਦੇ ਵਿੱਚ ਹੋਇਆ, ਤੁਸੀਂ ਮੈਨੇਜਰ ਦੇ ਨਾਲ ਗੱਲ ਕਰ ਸਕਦੇ ਆ। ਮੈਨੇਜਰ ਨੂੰ ਤੁਸੀਂ ਇੱਕ ਸਿੰਪਲ ਜਿਹਾ ਕੁਐਸਚਨ ਪੁੱਛਣਾ ਆ, ਆਰ ਯੂ ਗਾਇਜ਼ ਹਾਇਰਿੰਗ, ਤੁਸੀਂ ਇਸ ਟਾਈਮ ਬੰਦੇ ਹਾਇਰ ਕਰ ਰਹੇ ਹੋ ਕਿ ਨਹੀਂ।
ਦੂਜੀ ਤੀਜੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਨਾ ਤੁਹਾਨੂੰ ਲੋੜ ਆ, ਨਾ ਤੁਹਾਨੂੰ ਆਪਣੀ ਐਨਰਜੀ ਖਰਾਬ ਕਰਨ ਦਾ ਨਾ ਕੋਈ ਫਾਇਦਾ ਆ। ਪੁਆਇੰਟ ਟੂ ਪੁਆਇੰਟ ਗੱਲ ਕਰੋ ਬਾਈ, ਤੁਸੀਂ ਆਪਣਾ ਤੁਹਾਡੀ ਤੁਸੀਂ ਆਪਣੇ ਗੈਸ ਸਟੇਸ਼ਨ ਦੇ ਉੱਤੇ ਬੰਦਾ ਰੱਖ ਰਹੇ ਆ, ਜੇ ਉਹਨੇ ਕਹਿਤਾ ਨੋ, ਕੋਈ ਚੱਕਰ ਨਹੀਂ, ਕਾਲ ਕੱਟ ਕਰੋ, ਅਗਲੇ ਗੈਸ ਸਟੇਸ਼ਨ 'ਤੇ ਕਾਲ ਕਰੋ। ਆਈ ਸਪੋਜ਼ ਕਰੋ, ਇੱਕ ਆਪਾਂ ਔਨ ਐਵਰੇਜ ਲਾਉਂਦੇ ਹਾਂ, ਤੁਸੀਂ ਆਪਣੇ ਏਰੀਏ ਦੇ 20 ਗੈਸ ਸਟੇਸ਼ਨਾਂ 'ਤੇ ਕਾਲ ਕੀਤੀ, ਮੈਂ ਤੁਹਾਨੂੰ ਅਸ਼ੋਰ ਕਰਦਾ ਬਾਈ, ਉਹ 'ਚੋਂ ਇੱਕ ਮੈਨੇਜਰ ਤਾਂ ਤੁਹਾਨੂੰ ਕਹੂਗਾ ਕਿ ਬਾਈ ਮੈਂ ਹਾਇਰ ਕਰ ਰਿਹਾ, ਆ ਜਾ। ਨਹੀਂ ਗਿਆ 20 ਨੇ, ਕੋਈ ਨਹੀਂ, ਅਗਲੇ 20 ਲੱਭੋ, ਆਪਣਾ ਏਰੀਆ ਵਧਾ ਦਿਓ, ਠੀਕ ਹੈ ਜੀ। ਇੱਦਾਂ ਤੁਸੀਂ ਮੈਨੇਜਰ ਦੇ ਨਾਲ ਗੱਲ ਕਰਨੀ ਹੈ। ਡਜ਼ਨਟ ਮੈਟਰ ਇਹ ਗੈਸ ਸਟੇਸ਼ਨ ਆ, ਕਨਵੀਨੀਅੰਸ ਸਟੋਰ ਆ, ਕੋਈ ਪੀਜ਼ਾ ਸਟੋਰ ਆ, ਕੋਈ ਵੀ ਜਗ੍ਹਾ ਆ ਨਾ, ਜੇ ਪੀਜ਼ਾ ਸਟੋਰ ਆ ਜਾਂ ਸਬਵੇ ਆ, ਇੱਦਾਂ ਦੇ ਜਿਹੜੇ ਸਟੋਰ ਆ, ਉੱਥੇ ਟਰਾਈ ਕਰੋ ਓਨਰ ਨਾਲ ਗੱਲ ਕਰਨ ਦੀ। ਮੋਸਟਲੀ ਓਨਰ ਹੀ ਉੱਥੇ ਦਾ ਮੈਨੇਜਰ ਹੁੰਦਾ ਆ, ਅਤੇ ਜੇ ਤੁਸੀਂ ਉਹਦੇ ਨਾਲ ਗੱਲ ਕਰਦੇ ਆ, ਐਜ਼ ਆਈ ਸੈਡ ਬਿਫੋਰ, ਹੈ ਨਾ, ਉਹਨੂੰ ਪਤਾ ਹੁੰਦਾ ਕਿਹੜਾ ਬੰਦਾ ਘੱਟ ਕੰਮ ਕਰ ਰਿਹਾ, ਕਿਹੜਾ ਬੰਦਾ ਵਧੀਆ ਕੰਮ ਕਰ ਰਿਹਾ, ਕਿਹਨੂੰ ਰੱਖਣਾ ਚਾਹੀਦਾ, ਕਿਹਨੂੰ ਕੱਢਣਾ ਚਾਹੀਦਾ, ਅਤੇ ਉਹਦੀ ਜਗ੍ਹਾ 'ਤੇ ਨਵਾਂ ਇੰਪਲੋਈ ਲੈ ਕੇ ਆਉਣਾ ਚਾਹੀਦਾ ਆ। ਅਤੇ ਜੇ ਤੁਸੀਂ ਇੱਦਾਂ ਕਰਦੇ ਆ ਨਾ, ਇਹ ਸਟੈਪਸ ਲੈਂਦੇ ਆ ਆਪਣੀ ਜੋਬ ਸਰਚ ਦੇ ਵਿੱਚ, ਬਾਈ ਮੈਨੂੰ ਇੰਨਾ ਪਤਾ ਆ, ਬਹੁਤ ਈਜ਼ੀਲੀ ਤੁਹਾਨੂੰ ਜੋਬ ਮਿਲ ਜਾਂਦੀ ਹੈ ਨਾ। ਇਹਦੇ 'ਚ ਦੇਖੋ, ਜਿੱਦਾਂ ਆਪਾਂ ਜੇ ਪਰਸਨਲੀ ਜਾਈਏ, ਹੈ ਨਾ, ਪਰਸਨਲੀ ਆਪਾਂ ਨੂੰ ਦਾਲੋ ਤੁਸੀਂ 50 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਸਟੋਰਾਂ 'ਤੇ ਜਾਣ ਦੇ ਵਿੱਚ ਪੂਰਾ ਦਿਨ, ਮੈਂ ਕਹਿੰਦਾ ਪੂਰੇ ਦਿਨ, ਇੱਕ ਦਿਨ ਤੋਂ ਜ਼ਿਆਦਾ ਵੀ ਲੱਗ ਸਕਦਾ, ਹੈ ਨਾ। ਬਟ ਜੇ ਤੁਸੀਂ ਆਪਣੇ ਏਰੀਏ 'ਚ 50 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ 100 ਜਗ੍ਹਾ ਦੇ ਵਿੱਚ ਵੀ ਕਾਲ ਕਰਦੇ, ਹੈ ਨਾ, ਤਾਂ ਸਿੰਪਲ ਜਿਹਾ ਤੁਸੀਂ ਕੁਸ਼ਚਨ ਪੁੱਛਣਾ ਆ, ਕੈਨ ਆਈ ਟਾਕ ਟੂ ਯੂਅਰ ਮੈਨੇਜਰ, ਜੇ ਮੈਨੇਜਰ ਹੋਇਆ ਤਾਂ ਉਹਦੇ ਨਾਲ ਗੱਲ ਕਰੋ, ਜੇ ਮੈਨੇਜਰ ਨਹੀਂ ਹੈਗਾ ਪੁੱਛੋ ਕਿਸ ਟਾਈਮ ਆਊਗਾ, ਕੱਟ ਦਾ ਕਾਲ। ਅਗਲਾ ਮੈਨੇਜਰ ਹੈਗਾ ਆ, ਆਰ ਯੂ ਗਾਇਜ਼ ਹਾਇਰਿੰਗ ਔਰ ਨੋਟ, ਯੈਸ ਔਰ ਨੋ ਦਾ ਆਂਸਰ ਮਿਲੂਗਾ। ਜੇ ਕਰਦੇ ਹੋਏ ਜਾਓ, ਉੱਥੇ ਜਾ ਕੇ ਆਪਣਾ ਰਿਜ਼ਿਊਮੇ ਦਿਓ, ਸਿੱਧੀ ਗੱਲ ਕਰੋ ਅਤੇ ਜੋਬ ਲਓ। ਜੇ ਉਹ ਕਹੂਗਾ ਨੋ, ਕੋਈ ਚੱਕਰ ਨਹੀਂ, ਅਗਲਾ। ਕਿਉਂਕਿ ਇਹ ਜਿਹੜੀ ਚੀਜ਼ ਹੈ ਨਾ ਗਾਇਜ਼, ਨੰਬਰਾਂ ਦੀ ਗੇਮ ਆ, ਹੈ ਨਾ। ਜਿੰਨੀ ਜ਼ਿਆਦਾ ਆਪਾਂ ਸਟੋਰਾਂ ਤੱਕ ਆਪਣੀ ਪਹੁੰਚ ਕਰਾਂਗੇ, ਜਿੰਨੀ ਜਗ੍ਹਾ 'ਤੇ ਆਪਾਂ ਕਾਲ ਕਰਾਂਗੇ, ਹੈ ਨਾ, ਉਨਾ ਜ਼ਿਆਦਾ ਆਪਣਾ ਚਾਂਸ ਵਧੂਗਾ ਜੋਬ ਮਿਲਣ ਦਾ। ਦੂਜੀ ਸਾਈਡ, ਜੇ ਆਪਣਾ ਐਟੀਟਿਊਡ, ਆਪਣਾ ਮਾਇੰਡ ਸੈੱਟ ਛੇਤੀ ਤੋਂ ਛੇਤੀ ਜੋਬ ਲੱਭਣ ਵਾਲਾ ਆ, ਤੁਸੀਂ ਆਪ ਵੀ ਕਈ ਤਰੀਕੇ ਦੇ ਰਸਤੇ ਲੱਭਦੇ ਰਹਿੰਦੇ ਆ, ਮਾਇੰਡ 'ਚ ਸੋਚਦੇ ਰਹਿੰਦੇ ਆ ਕਿ ਬਾਈ ਮੈਂ ਕਿੱਦਾਂ ਜੋਬ ਫਟਾਫਟ ਲੈਣੀ ਆ ਪਾਰਟ ਟਾਈਮ, ਰਾਈਟ। ਉਹਦੇ ਨਾਲ ਬਾਈ ਤੁਹਾਨੂੰ ਇੱਕੋ ਸੁੱਖ ਹੁੰਦਾ ਕਿ ਤੁਹਾਡਾ ਖਾਣ ਪੀਣ ਦਾ ਖਰਚਾ ਵਧੀਆ ਨਿਕਲ ਜਾਂਦਾ ਪੜ੍ਹਾਈ ਦੇ ਨਾਲ, ਅਤੇ ਜਾਂ ਤੁਸੀਂ ਜੇ ਟਰੱਕ ਦਾ ਲਾਇਸੈਂਸ ਲੈ ਰਹੇ ਹੋ ਕੈਨੇਡਾ 'ਚ ਨਾ, ਤਾਂ ਤੁਹਾਡਾ ਵਧੀਆ ਇੱਕ ਆਈ ਚਲਾਈ ਬੰਦੇ ਦੀ ਚੱਲਦੀ ਹੈ, ਹੈ ਨਾ। ਅਤੇ ਹੁਣ ਬਾਈ ਐਂਡ ਦੇ ਵਿੱਚ ਇੱਕ ਛੋਟਾ ਜਿਹਾ ਮੈਂ ਮੈਸੇਜ ਦਊਂਗਾ, ਹੈ ਨਾ, ਜਿਹੜੇ ਮੇਰੇ ਭੈਣ ਭਰਾ ਆਲਰੇਡੀ ਇੱਥੇ ਹੈਗੇ ਆ। ਬਾਈ ਗੱਲ ਪਤਾ ਕੀ ਹੁੰਦੀ ਹੈ, ਜਦੋਂ ਕੋਈ ਨਵਾਂ ਬੰਦਾ ਆਉਂਦਾ, ਹੈ ਨਾ, ਉਹ ਆਪਣੇ ਤੋਂ ਸਲਾਹ ਮੰਗਦਾ ਆ, ਆਪਣੇ ਤੋਂ ਪੁੱਛਦਾ, ਹੈ ਨਾ, ਬਾਈ ਮੈਂ ਕਿੱਦਾਂ ਅਤੇ ਕਿਵੇਂ ਜੋਬ ਲੱਭਾਂ, ਹੈ ਨਾ। ਅਤੇ ਮੈਂ ਬਹੁਤ ਜਾਣੇ ਵੇਖੇ ਆ ਬਾਈ, ਉਹ ਅੱਖਾਂ ਹੀ ਚਰਾ ਲੈਂਦੇ ਆ ਭੈਣ ਭਰਾਵਾਂ ਤੋਂ ਕਿ ਬਾਈ ਨਹੀਂ ਸਾਨੂੰ ਨਹੀਂ ਪਤਾ, ਬਾਈ ਇੱਦਾਂ ਆ, ਬਾਈ ਉੱਦਾਂ ਆ। ਉਹ ਕੰਮ ਆਪਾਂ ਨਾ ਕਰੀਏ, ਹੈ ਨਾ, ਐਟਲੀਸਟ ਆਪਾਂ ਹੱਲਾਸ਼ੇਰੀ ਦਈਏ ਜਿਹੜੇ ਆਪਣੇ ਭੈਣ ਭਰਾ ਨਵੇਂ ਆਉਂਦੇ ਆ ਇਸ ਮੁਲਕ ਦੇ ਵਿੱਚ, ਸਪੈਸ਼ਲੀ ਬ੍ਰੈਂਪਟਨ ਅਤੇ ਵੈਨਕੂਵਰ ਵਾਲਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ, ਹੈ ਨਾ। ਬੰਦੇ ਕਈ ਟੈਨਸ਼ਨ 'ਚ ਚੱਲ ਜਾਂਦੇ ਆ ਯਾਰ, ਕਿ ਬਾਈ ਕਈਆਂ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਨਾ, ਅਤੇ ਉਹਨਾਂ ਨੂੰ ਸਮਝ ਨਹੀਂ ਲੱਗ ਰਿਹਾ ਹੁੰਦਾ, ਅਤੇ ਆਪਾਂ ਜੇ ਉਹਨਾਂ ਨੂੰ ਬਾਈ ਥੋੜ੍ਹਾ ਜਿਹਾ ਸਮਝਾ ਦਈਏ, ਹੈ ਨਾ, ਇੱਦਾਂ ਇੱਦਾਂ ਇਹ ਸਟੈਪਸ ਲੈ ਲਾ, ਅਤੇ ਬਾਈ ਤੈਨੂੰ ਜੋਬ ਮਿਲ ਜੂਗੀ, ਉਹਦੇ ਨਾਲ ਬਾਈ ਉਹਨਾਂ ਦਾ ਬਹੁਤ ਫਾਇਦਾ ਹੋ ਸਕਦਾ ਆ। ਇੰਨੀਆਂ ਕੁ ਗੱਲਾਂ ਦੇ ਨਾਲ ਬਾਈ ਮੈਂ ਵੀਡੀਓ ਨੂੰ ਕਰਦਾ ਫਿਨਿਸ਼। ਜੇ ਵੀਡੀਓ ਚੰਗੀ ਲੱਗੀ ਬਾਈ, ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਜੱਟ ਲਾਈਫ ਟੀਵੀ। ਮਿਲਦੇ ਹਾਂ ਅਗਲੀ ਵੀਡੀਓ 'ਚ ਗਾਇਜ਼, ਥੈਂਕ ਯੂ ਸੋ ਮੱਚ ਫੋਰ ਯੋਰ ਟਾਈਮ।